गुड मॉर्निंग स्टूडेंट्स, अज असी चुणों ते किस्म करांगे। चुणों ते किस्म विच पहला असी क्रिया विशेषण दीआं उदाहरणां सहित चुणना अते किस्म दसना सिखांगे। इस तों बाद संबंधक बारे अते योजक बारे भी असी उदाहरणां सहित देखांगे कि किस तरह तुसी एक वाक विचों दी शब्द नूं चुणना है अते किस्म दसनी है। हाँ जी, परिभाषावां करन तो बाद विच उसदीआं किस्मां करन तो बाद विच असीं करांगे चुणों ते किस्म। चुणों ते किस्म आपां पहलां जाते हाँ कि क्रिया विशेषण दे विच आपां किस तरह चुनते हाँ ते उसदी किस्म लिखदे हाँ। सो देखो की है, पहला बिल्ली कमरे अंदर बैठी है, ठीक है। इस दे विच आपां चुननी है क्रिया विशेषण नाल शब्द जिहड़ा है, शब्द भी चुनना है और उसकी किस्म भी तुसीं दसनी है। सो इस दे विच की होएगा अंदर, ठीक है। की होएगा अंदर तुसी जदों चुन लिया तो तुसी इहदे नाल किस्म भी दसनी है। किस्म केड़ी होएगी? स्थान वाचक क्रिया विशेषण, ठीक है। अंदर स्थान वाचक क्रिया विशेषण, ठीक है। आगे देखो दूसरा, मेहनत करो ता जो सफलता हासिल कर सको, ठीक है। ਇਹਦੇ ਵਿੱਚ ਤੁਸੀਂ ਕਿਰਿਆ ਵਿਸ਼ੇਸ਼ਣ ਚੁਣਨੀ ਹੈ ਤੇ ਕੀ ਹੋਏਗਾ? ਤਾਂ ਜੋ, ਠੀਕ ਹੈ। ਤੇ ਕਾਰਨਵਾਚਕ, ਕਾਰਨਵਾਚਕ ਕਿਵੇਂ? ਕਿਉਂਕਿ ਰੀਜ਼ਨ ਦੱਸਿਆ ਹੋਇਆ ਹੈ, ਕਾਰਨ ਦੱਸਿਆ ਹੋਇਆ ਹੈ ਕਿ ਜੇਕਰ ਮਿਹਨਤ ਕਰੋਗੇ ਤਾਂ ਹੀ ਸਫਲਤਾ ਪ੍ਰਾਪਤ ਕਰ ਸਕਦੇ ਹੋ। ਸੋ ਇਹ ਹੋ ਗਿਆ ਸਾਡਾ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਤੀਸਰੀ ਉਦਾਹਰਨ ਦੇਖੋ, ਸੁਰਜੀਤ ਨੇ ਬਾਰ ਬਾਰ ਫੋਨ ਕੀਤਾ, ਠੀਕ ਹੈ। ਸੋ ਇਹਦੇ ਵਿੱਚ ਜਿਹੜੀ ਕਿਰਿਆ ਵਿਸ਼ੇਸ਼ਣ ਹੈ ਉਹ ਕਿਹੜੀ ਹੋਏਗੀ? ਬਾਰ ਬਾਰ, ਠੀਕ ਹੈ। ਮਤਲਬ ਉਹ ਬਾਰ ਬਾਰ ਫੋਨ ਕਰੀ ਜਾ ਰਿਹਾ ਹੈ। ਸੋ ਤੁਸੀਂ ਇਹਨੂੰ ਕਰੋਗੇ ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ, ਠੀਕ ਹੈ। ਚੌਥੀ ਹੈ ਦੇਖੋ, ਜੀ ਹਾਂ ਤੁਸੀਂ ਠੀਕ ਕਹਿ ਰਹੇ ਹੋ, ਰਾਈਟ। ਤੁਸੀਂ ਕੋਈ ਡਿਸੀਜ਼ਨ ਲੈ ਰਹੇ ਹੋ ਕਿ ਤੁਸੀਂ ਠੀਕ ਕਹਿ ਰਹੇ ਹੋ ਤੇ ਆਪਾਂ ਫਿਰ ਜੀ ਹਾਂ ਨੂੰ ਚੁਣਾਂਗੇ, ਠੀਕ ਹੈ। ਤੇ ਕਿਸਮ ਕਿਹੜੀ ਲਿਖਾਂਗੇ? ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ, ਠੀਕ ਹੈ ਜੀ। ਧਿਆਨ ਨਾਲ ਦੇਖ ਲਓ, ਪਹਿਲਾਂ ਹੈ ਅੰਦਰ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ। ਤੁਸੀਂ ਇੱਕ ਸਥਾਨ ਨੂੰ ਦੱਸ ਰਹੇ ਹੋ, ਸਥਾਨ ਕਿਹੜਾ ਹੈ? ਅੰਦਰ ਹੈ, ਠੀਕ ਹੈ। ਫਿਰ ਤਾਂ ਜੋ ਨੂੰ ਆਪਾਂ ਕੀਤਾ ਕਾਰਨ ਵਾਚਕ, ਕਿਉਂਕਿ ਆਪਾਂ ਰੀਜ਼ਨ ਦਿੱਤਾ ਹੈ ਤਾਂ ਇਸ ਲਈ ਤਾਂ ਜੋ ਨੂੰ ਆਪਾਂ ਅੰਡਰਲਾਈਨ ਕਰਨਾ ਹੈ। ਔਰ ਇਹ ਕਿਹੜੀ ਕਿਸਮ ਹੈ? ਕਾਰਨ ਵਾਚਕ ਕਿਰਿਆ ਵਿਸ਼ੇਸ਼ਣ। ਸੁਰਜੀਤ ਨੇ ਵਾਰ ਵਾਰ, ਆਪਾਂ ਗਿਣਤੀ ਕਰ ਰਹੇ ਹਾਂ ਕਿ ਉਹ ਵਾਰ ਵਾਰ ਫੋਨ ਕਰ ਰਿਹਾ ਹੈ, ਸੋ ਇਹ ਕੀ ਹੋਏਗਾ? ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ। ਜੀ ਹਾਂ ਤੁਸੀਂ ਨਿਰਣਾ ਲੈ ਲਿਆ, ਤੁਸੀਂ ਇੱਕ ਡਿਸੀਜ਼ਨ ਲੈ ਲਿਆ, ਤੇ ਫਿਰ ਇਹ ਕੀ ਹੋਏਗਾ? ਜੀ ਹਾਂ ਕੀ ਹੋਏਗਾ? ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ। ਹਾਂਜੀ, ਅੱਗੇ ਅਸੀਂ ਚੁਣੋ ਤਾਂ ਕਿਸਮ ਕਰਾਂਗੇ ਸੰਬੰਧਕ ਨੂੰ ਲੈ ਕੇ, ਠੀਕ ਹੈ। ਦੇਖੋ ਪਹਿਲਾਂ, ਗਰੀਬਾਂ ਦੀ ਸਹਾਇਤਾ ਕਰੋ, ਰਾਈਟ। ਜਿਸ ਤਰ੍ਹਾਂ ਤੁਸੀਂ ਸੰਬੰਧਕ ਦੇ ਵਿੱਚ ਪੜ੍ਹਿਆ ਸੀ ਕਿ ਇਹ ਸ਼ਬਦਾਂ ਨੂੰ ਨਾਮ ਜਾਂ ਪੜਨਾਮ ਨੂੰ ਆਪਸ ਵਿੱਚ ਕੀ ਹਨ? ਜੋੜਦੇ ਹਨ। ਸੋ ਇਹਦੇ ਵਿੱਚ ਕੀ ਹੋਏਗਾ? ਦੀ ਹੋਏਗਾ, ਤੇ ਦੀ ਕੀ ਹੋਏਗਾ? ਇਹਦੇ ਵਿੱਚ ਪੂਰਨ ਸੰਬੰਧਕ, ਠੀਕ ਹੈ। ਪੂਰਨ ਸੰਬੰਧਕ ਮਤਲਬ ਕਿ ਜਿਹਦੇ ਵਿੱਚ ਸਿਰਫ ਇੱਕ ਹੀ ਪੂਰਨ ਹੋਵੇ, ਉਸਨੂੰ ਆਪਾਂ ਕਹਿੰਦੇ ਹਾਂ ਪੂਰਨ ਸੰਬੰਧਕ। ਦੂਸਰਾ ਹੈ, ਚਾਕੂ ਨਾਲ ਸਬਜ਼ੀ ਕੱਟੋ। ਇਸ ਵਿੱਚ ਸੰਬੰਧਕ ਕਿਹੜਾ ਹੈ? ਪੂਰਨ, ਕਿਉਂਕਿ ਇਸਨੇ ਸ਼ਬਦਾਂ ਨੂੰ ਆਪਸ ਵਿੱਚ ਜੋੜਿਆ। ਸੋ ਪੂਰਨ ਹੋਏਗਾ ਇਹ ਵੀ, ਠੀਕ ਹੈ, ਨਾਲ ਪੂਰਨ ਸੰਬੰਧਕ, ਰਾਈਟ। ਅੱਗੇ ਦੇਖੋ, ਇਸੇ ਨਾਲ ਦਾ ਹੀ ਸੇਮ ਜਿਹੜਾ ਹੈ, ਚਾਕੂ ਦੇ ਨਾਲ ਸਬਜ਼ੀ ਕੱਟੋ। ਹੁਣ ਇਹ ਵਾਲੇ ਸ਼ਬਦ ਇਹਦੇ ਵਾਕ ਵਿੱਚ ਤੇ ਇਹ ਵਾਲੇ ਵਾਕ ਦੇ ਵਿੱਚ ਬਹੁਤ ਅੰਤਰ ਹੈ, ਧਿਆਨ ਨਾਲ ਦੇਖੋ। ਇਹਦੇ ਵਿੱਚ ਨਾਲ ਲੱਗਾ ਸੀ, ਸਿਰਫ ਇੱਕ ਪੂਰਨ ਲੱਗਾ ਸੀ, ਠੀਕ ਹੈ। ਇਹਦੇ ਵਿੱਚ ਕੀ ਹੈ? ਦੋ ਪੂਰਨ ਲੱਗੇ ਹਨ, ਕਿਉਂਕਿ ਅਸੀਂ ਪਰਿਭਾਸ਼ਾ ਵਿੱਚ ਕੀਤਾ ਹੈ ਕਿ ਜਿੱਥੇ ਦੋ ਪੂਰਨ ਲੱਗਦੇ ਹੋਣ ਉਹ ਕੀ ਹੋਏਗਾ? ਅਪੂਰਨ ਸੰਬੰਧਕ, ਠੀਕ ਹੈ। ਸੋ ਇੱਥੇ ਅਸੀਂ ਦੇ ਨਾਲ ਦੋਨਾਂ ਨੂੰ ਅੰਡਰਲਾਈਨ ਕਰਨਾ ਹੈ, ਔਰ ਇਹ ਕਿਹੜਾ ਆ ਜਾਏਗਾ? ਅਪੂਰਨ ਸੰਬੰਧਕ। ਜਿੱਥੇ ਦੋ ਸੰਬੰਧਕ ਜੁੜੇ ਹੋਣ ਉਹ ਅਪੂਰਨ ਹੋਏਗਾ, ਤੇ ਜਿੱਥੇ ਇਕੱਲਾ ਸੰਬੰਧਕ ਹੋਵੇ ਉਹ ਪੂਰਨ ਸੰਬੰਧਕ ਹੋਏਗਾ, ਠੀਕ ਹੈ। ਅੱਗੇ ਇਹ, ਮਾਂ ਨੇ ਬੱਚੇ ਨੂੰ ਰੋਟੀ ਦਿੱਤੀ।
ਹੁਣ ਇਹਨਾਂ ਨੂੰ ਆਪਸ ਵਿੱਚ ਮਾਂ ਨੇ ਬੱਚੇ ਨੂੰ ਦੇ ਨਾਲ ਜੋੜਿਆ ਤੇ ਰੋਟੀ ਦੇ ਨਾਲ ਜੋੜਿਆ। ਆਪਾਂ ਦੇਖਣਾ ਹੈ ਕਿ ਹਮੇਸ਼ਾ ਨਾਮ ਜਾਂ ਪੜਨਾਮ ਦੇ ਸ਼ਬਦਾਂ ਦੇ ਨਾਲ ਜੋੜਿਆ ਜਾਂਦਾ ਹੈ, ਠੀਕ ਹੈ। ਸੋ ਨੇ ਤੇ ਨੂੰ ਕੀ ਹੋਏਗਾ? ਪੂਰਨ ਸੰਬੰਧਕ, ਠੀਕ ਹੈ। ਤੁਸੀਂ ਨੇ ਨੂੰ ਇਕੱਲਾ ਨਹੀਂ ਕਰਨਾ, ਸਗੋਂ ਨੇ ਤੇ ਨੂੰ ਨੂੰ ਦੋਨਾਂ ਨੂੰ ਹੀ ਤੁਸੀਂ ਅੰਡਰਲਾਈਨ ਕਰਨਾ ਹੈ, ਕਿਉਂਕਿ ਦੋਨਾਂ ਨੇ ਇੱਕ ਦੂਸਰੇ ਦੇ ਨਾਲ ਇਸਨੂੰ ਜੋੜਿਆ ਤਾਂ ਹੀ ਇੱਕ ਪੂਰਾ ਵਾਕ ਬਣਿਆ, ਠੀਕ ਹੈ। ਸੋ ਨੇ ਨੂੰ ਕੀ ਹੋਏਗਾ? ਪੂਰਨ ਸੰਬੰਧਕ। ਪੂਰਨ ਸੰਬੰਧਕ ਮਤਲਬ ਜਿਹਦੇ ਵਿੱਚ ਇੱਕ ਸੰਬੰਧਕ ਹੋਵੇ, ਆ ਪੂਰਨ ਸੰਬੰਧਕ ਮਤਲਬ ਕਿ ਜਿਹੜੇ ਵਿੱਚ ਦੋ ਸੰਬੰਧਕ ਜੁੜੇ ਹੋਣ, ਠੀਕ ਹੈ ਜੀ, ਉਹ ਹੋਏਗਾ ਅਪੂਰਨ ਸੰਬੰਧਕ। ਯੈਸ, ਹੁਣ ਅਸੀਂ ਚੁਣੋ ਤੇ ਕਿਸਮ ਕਰਾਂਗੇ ਅੱਗੇ। ਯੋਜਕ ਤੁਸੀਂ ਕਿੱਦਾਂ ਚੁਣਨਾ ਹੈ? ਦੇਖੋ ਪਹਿਲਾਂ ਹੈ ਵਿਦਿਆਰਥੀਆਂ ਨੂੰ ਬੁਲਾਓ ਅਤੇ ਗੀਤ ਸੁਣੋ। ਤੁਹਾਨੂੰ ਜਿਸ ਤਰ੍ਹਾਂ ਯੋਜਕ ਦੇ ਵਿੱਚ ਕਿਹਾ ਗਿਆ ਸੀ ਕਿ ਦੋ ਤਰ੍ਹਾਂ ਦੇ ਯੋਜਕ ਹੁੰਦੇ ਹਨ, ਸਮਾਨ ਤੇ ਅਧੀਨ ਯੋਜਕ, ਠੀਕ ਹੈ। ਸਮਾਨ ਮਤਲਬ ਕਿ ਦੋ ਵਾਕਾਂ ਨੂੰ ਜਾਂ ਦੋ ਸ਼ਬਦਾਂ ਨੂੰ ਜੋੜੇ, ਰਾਈਟ। ਤੇ ਅਧੀਨ, ਉਹਦੇ ਵਿੱਚ ਇੱਕ ਪ੍ਰਧਾਨ ਉਪਵਾਕ ਹੋਵੇ ਤੇ ਦੂਸਰਾ ਅਧੀਨ ਉਪਵਾਕ ਹੋਵੇ, ਉਹਨਾਂ ਨੂੰ ਜੋੜਿਆ ਜਾਵੇ, ਠੀਕ ਹੈ। ਸੋ ਇਹਦੇ ਵਿੱਚ ਵਿਦਿਆਰਥੀਆਂ ਨੂੰ ਬੁਲਾਓ, ਗੀਤ ਸੁਣੋ, ਦੋ ਅਲੱਗ ਅਲੱਗ ਵਾਕ ਹਨ, ਇਹਨਾਂ ਦਾ ਆਪਣਾ ਕੋਈ ਨਾ ਕੋਈ ਮਤਲਬ ਨਿਕਲ ਰਿਹਾ ਹੈ। ਸੋ ਅਤੇ ਕੀ ਹੋਏਗਾ ਇਹਦੇ ਵਿੱਚ? ਸਮਾਨ ਯੋਜਕ, ਠੀਕ ਹੈ। ਅੱਗੇ ਦੇਖੋ ਹੈ ਹੌਲੀ ਚੱਲੋ ਤਾਂ ਜੋ ਡਿੱਗ ਨਾ ਪਈਏ। ਹੌਲੀ ਚੱਲੋ, ਹੌਲੀ ਚੱਲੋ ਕੀ ਹੈ? ਇੱਕ ਪ੍ਰਧਾਨ ਉਪਵਾਕ ਹੈ। ਤੁਹਾਨੂੰ ਗੱਲ ਕਲੀਅਰ ਹੋ ਰਹੀ ਹੈ, ਤੁਸੀਂ ਕਿਸੇ ਨੂੰ ਕਹਿ ਰਹੇ ਹੋ ਹੌਲੀ ਚੱਲੋ, ਡਿੱਗ ਨਾ ਪਈਏ, ਇਹ ਕੀ ਹੈ? ਅਧੀਨ ਉਪਵਾਕ, ਠੀਕ ਹੈ। ਤੋ ਤੁਹਾਨੂੰ ਇਹਦੇ ਤੋਂ ਗੱਲ ਸਪਸ਼ਟ ਨਹੀਂ ਹੋ ਰਹੀ। ਸੋ ਜਦੋਂ ਪ੍ਰਧਾਨ ਤੇ ਅਧੀਨ ਨੂੰ ਜਿਹੜਾ ਜੋੜਦਾ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ? ਅਧੀਨ ਯੋਜਕ, ਠੀਕ ਹੈ। ਇਸੇ ਤਰ੍ਹਾਂ ਦੇਖੋ ਤੀਸਰਾ, ਚਾਹੇ ਤੂੰ ਕੰਮ ਕਰ ਚਾਹੇ ਉਹ ਕੰਮ ਕਰੇ, ਦੋਨਾਂ ਦੇ ਵਿੱਚ ਕੀ ਹੈ? ਤੂੰ ਕੰਮ ਕਰ ਇੱਕ ਅਲੱਗ ਹੈ, ਉਹ ਕੰਮ ਕਰ ਇੱਕ ਅਲੱਗ ਵਾਕ ਹੈ, ਤੇ ਜੋੜਿਆ ਕਿਹਨਾਂ ਨੇ ਹੈ? ਚਾਹੇ ਨਹੀਂ, ਠੀਕ ਹੈ। ਸੋ ਚਾਹੇ ਕੀ ਹੋਏਗਾ? ਸਮਾਨ ਯੋਜਕ, ਠੀਕ ਹੈ। ਅੱਗੇ ਹੈ ਮੈਂ ਜਾਣਦਾ ਹਾਂ ਕਿ ਤੁਸੀਂ ਇਹ ਕੰਮ ਨਹੀਂ ਕਰੋਗੇ। ਇਹਦੇ ਵਿੱਚ ਇੱਕ ਪ੍ਰਧਾਨ ਉਪਵਾਕ ਹੈ, ਇੱਕ ਅਧੀਨ ਉਪਵਾਕ ਹੈ। ਪ੍ਰਧਾਨ ਕਿਹੜਾ ਹੈ? ਤੁਸੀਂ ਇਹ ਕੰਮ ਨਹੀਂ ਕਰੋਗੇ, ਠੀਕ ਹੈ। ਤੁਹਾਨੂੰ ਗੱਲ ਸਪਸ਼ਟ ਹੋ ਰਹੀ ਹੈ ਕਿ ਤੁਸੀਂ ਅਗਲੇ ਨੂੰ ਕਹਿਤਾ ਕਿ ਤੁਸੀਂ ਇਹ ਕੰਮ ਨਹੀਂ ਕਰੋਗੇ। ਮੈਂ ਜਾਣਦਾ ਹਾਂ, ਇਹ ਕੀ ਹੈ? ਅਧੀਨ ਉਪਵਾਕ, ਕਿਉਂਕਿ ਤੁਹਾਨੂੰ ਇਹਦੇ ਵਿੱਚ ਗੱਲ ਜਿਹੜੀ ਹੈ ਉਹ ਕਲੀਅਰ ਨਹੀਂ ਹੋ ਰਹੀ ਕਿ ਤੁਸੀਂ ਕੀ ਜਾਣਦੇ ਹੋ, ਠੀਕ ਹੈ। ਸੋ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਜੋੜਿਆ ਕਿਸਨੇ ਹੈ? ਕੇ ਨੇ ਜੋੜਿਆ ਹੈ, ਤੇ ਇਹ ਕਿਹੜਾ ਹੋਏਗਾ? ਅਧੀਨ ਯੋਜਕ, ਠੀਕ ਹੈ। ਸੋ ਇਹਨਾਂ ਸਾਰੀਆਂ ਜਿਹੜੀਆਂ ਉਦਾਹਰਨਾਂ ਹਨ ਜੋ ਅਸੀਂ ਕੀਤੀਆਂ ਹਨ, ਇਹਨਾਂ ਤੁਸੀਂ ਧਿਆਨ ਦੇ ਨਾਲ ਸਮਝਣਾ ਹੈ ਤੇ ਆਪਣੀ ਫੇਅਰ ਕਾਪੀ ਤੇ ਇਸ ਨੂੰ ਨੋਟ ਕਰਨਾ ਹੈ। ਥੈਂਕ ਯੂ ਵੈਰੀ ਮੱਚ।